ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਕਰਿਆਨੇ ਦੇ ਦੁਕਾਨਦਾਰ ਤੇ ਚਲਾਈਆਂ ਗੋਲੀਆਂ। ਗੋਲੀਬਾਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ। ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਵਾੜਾ ਮੁਹੱਲੇ ਵਿੱਚ ਰਹਿਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਗੈਂਗਸਟਰ ਲੰਡਾ ਹਰੀਕੇ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਦੁਕਾਨਦਾਰ ਨੂੰ ਲੰਡਾ ਹਰੀਕੇ ਦੇ ਨਾਮ ਤੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਉਹ 15 ਲੱਖ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ, ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਕਰਿਆਨੇ ਦੇ ਦੁਕਾਨਦਾਰ ਰਾਜ ਕੁਮਾਰ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਵਪਾਰੀ ਵਰਗ ਵਿੱਚ ਭਾਰੀ ਰੋਸ ਹੈ। ਪੀੜਤ ਰਾਜ ਕੁਮਾਰ ਅਤੇ ਜਵਿੰਦਰ ਸਿੰਘ ਨੇ ਦੱਸਿਆ ਹੈ ਕਿ ਲੰਡਾ ਕਈ ਦਿਨਾਂ ਤੋਂ ਹਰੀਕੇ ਦੇ ਨਾਮ 'ਤੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਫਾਇਰਿੰਗ ਕਰਦੇ ਹੋਏ ਉੱਥੋਂ ਭੱਜ ਕੇ ਜੀਰਾ ਦੇ DSP ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੁਪਹਿਰ 12 ਵਜੇ ਦੇ ਕਰੀਬ ਕਰੀਬ ਮੈਨੂੰ ਫੋਨ ਆਉਂਦੀ ਹੈ। ਫੋਨ ਦੇ ਉੱਤੇ ਮੈਨੂੰ ਮੈਸੇਜ ਲਾਇਆ ਗਿਆ, ਰਾਜ ਕੁਮਾਰ ਜੀ ਕੀ ਹਾਲ ਚਾਲ ਤੁਹਾਡਾ? ਮੈਂ ਕਿਹਾ ਠੀਕ ਹੈ ਜੀ। ਫੋਨ ਦੀ ਰੇਂਜ ਕੱਟੀ ਜਾਣ ਕਰਕੇ ਫੋਨ ਕੱਟਿਆ ਗਿਆ। ਦੁਬਾਰਾ ਫਿਰ ਫੋਨ ਆਉਂਦਾ, ਦੁਬਾਰਾ ਫੋਨ ਜਦੋਂ ਆਉਂਦਾ ਵੈ ਤਾਂ ਮੈਂ ਫੋਨ ਚੱਕਿਆ ਅਤੇ ਫੋਨ ਚੱਕ ਕੇ ਰਿਸੀਵ ਕੀਤਾ ਅਤੇ ਮੈਨੂੰ ਕਹਿੰਦੇ ਵੀ ਕੀ ਹਾਲ ਹੈ, ਠੀਕ ਹੈ? ਮੈਂ ਕਿਹਾ ਕੌਣ ਬੋਲਦੇ ਹੋ? ਕਹਿੰਦੇ ਵੀ ਬੜਾ ਔਖਾ ਜਿਹਾ ਬੋਲਦਾ ਮੈਂ। ਕਹਿੰਦਾ ਕੀ ਗੱਲ? ਮੈਂ ਕਿਹਾ ਦੱਸੋ। ਕਹਿੰਦੇ ਵੀ ਔਖਾ ਕਾਹਤੋਂ ਬੋਲਦਾ ਦੱਸ। ਮੈਂ ਕਿਹਾ ਕੌਣ ਬੋਲਦੇ ਹੋ? ਕਹਿੰਦੇ ਮੈਂ ਪਛਾਣਿਆ ਨਹੀਂ ਤੂੰ ਮੈਨੂੰ ਲੱਗਦਾ। ਮੈਂ ਕਿਹਾ ਮੈਂ ਪਛਾਣਿਆ ਨਹੀਂ, ਦੱਸੋ। ਮੈਂ ਹਰੀਕਾ ਲੰਡਾ ਬੋਲਦਾ। ਮੈਂ ਇੰਨਾ ਕਹਿਣ ਦੇ ਬਾਵਜੂਦ ਮੈਂ ਫੋਨ ਕੱਟ ਦਿੱਤਾ ਆਪਦਾ, ਫੋਨ ਕੱਟ ਕੇ ਅਤੇ ਮੈਂ ਫੋਨ ਉਸ ਤੋਂ ਬਾਅਦ ਮੇਰੇ ਬੇਟੇ ਨੂੰ ਆ ਜਾਂਦਾ ਵੈ, ਬੇਟੇ ਨਾਲ ਮੈਨੂੰ ਧਮਕੀਆਂ ਦੀਆਂ ਗੱਲਾਂ ਕਰਦੇ ਆ। ਉਸ ਤੋਂ ਬਾਅਦ ਮੇਰੇ ਭਤੀਜੇ ਨੂੰ ਫੋਨ ਆਉਂਦਾ ਵੈ, ਭਤੀਜੇ ਨੂੰ ਮੈਸੇਜ ਫੋਨ ਆਉਂਦਾ ਅਤੇ ਉਹਨੂੰ ਮੈਸੇਜ ਕਰਦੇ ਆ। 15 ਲੱਖ ਦੀ ਡਿਮਾਂਡ ਕੀਤੀ ਜਾਂਦੀ ਹੈ। 15 ਲੱਖ ਡਿਮਾਂਡ ਕਰਨ ਤੋਂ ਬਾਵਜੂਦ ਅਸੀਂ ਫੋਨ ਕੱਟ ਦਿੰਦੇ ਹਾਂ, ਆਪਦੇ ਨੰਬਰ ਬੰਦ ਕਰ ਦਿੰਦੇ ਹਾਂ, ਉਹਨਾਂ ਦਾ ਲੋਗ ਲਿਸਟ 'ਚ ਪਾ ਦਿੰਦੇ ਹਾਂ ਅਤੇ ਅਸੀਂ ਥਾਣੇ ਇਨਕੁਆਇਰੀ ਕਰ ਰਿਪੋਰਟ ਲਿਖਾ ਦਰਜ ਕਰਾ ਦਿੰਦੇ ਹਾਂ ਜੀ। ਰਿਪੋਰਟ ਦਾ ਪੁਲਿਸ ਪ੍ਰਸ਼ਾਸਨ ਨੇ ਆਪਦੀ ਕਾਰਵਾਈ ਜਿੰਨੀ ਸੀ ਉਹ ਕੀਤੀ ਹੈ ਜੀ। ਉਸ ਤੋਂ ਬਾਅਦ ਵੀਰਵਾਰ ਦੇ ਦਿਨ ਕੱਲ੍ਹ ਸ਼ਾਮ 7:30 ਵਜੇ ਉਹਨਾਂ ਨੇ ਗੇੜਾ ਮਾਰਿਆ ਪਹਿਲਾਂ, ਫਿਰ ਉਹਨਾਂ ਨੇ 9 ਵਜੇ ਆ ਕੇ 2 ਮਿੰਟ 'ਤੇ ਆ ਕੇ ਮੇਰੀ ਦੁਕਾਨ 'ਤੇ ਸਿੱਧਾ ਖੜੋ ਕੇ ਉਹਨਾਂ ਨੇ ਫਾਇਰ ਮਾਰਿਆ ਸਿੱਧਾ। ਫਾਇਰ ਮਾਰ ਕੇ ਉਹ ਗਾਹ ਭੱਜ ਗਏ ਆ। ਅਸੀਂ ਤੁਰੰਤ ਪੁਲਿਸ ਨੂੰ ਇਨਕੁਆਇਰੀ CID ਦਿੱਤੀ ਹੈ ਜੀ, ਸਾਰੀ ਗੱਲ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਸਾਡੇ ਨਾਲ ਹਾਜ਼ਰ ਹੋਇਆ, ਖੜੋਤਾ ਸਾਡੇ ਦੌਰ 'ਤੇ ਆ ਕੇ। DSP ਸਾਹਿਬ, HSO ਸਾਹਿਬ, ਸਬ ਇੰਸਪੈਕਟਰ ਸਾਹਿਬ ਆ ਗਏ ਜੀ। ਮੰਗ ਕਰਦੇ ਹਾਂ ਜੀ ਅਸੀਂ ਬਸ, ਜਿਹੜੇ ਜਿਨ੍ਹਾਂ ਨੇ ਇਹ ਕੀਤਾ ਵਾ ਜੀ ਉਹਨਾਂ ਨੂੰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ। ਵੀ ਕੱਲ੍ਹ ਅੱਜ ਮੇਰੇ 'ਤੇ ਹੋਈ ਆ, ਕੱਲ੍ਹ ਨੂੰ ਹੋਰ ਸੱਜਣ ਭਰਾ ਕਿਸੇ 'ਤੇ ਵੀ ਦੁਕਾਨਦਾਰ 'ਤੇ ਹੋਊਗੀ। ਮੈਂ ਤਾਂ ਇਹ ਗੱਲ ਕਰਦਾ ਸਾਰੇ ਵਪਾਰ ਮੰਡਲ ਨੂੰ ਵੀ ਇਕੱਠ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਵਪਾਰ ਮੰਡਲ ਸਾਡਾ ਇਕੱਠਾ ਕੀਤਾ ਜਾਵੇ, ਕਰਕੇ ਅਸੀਂ ਧਰਨਾ ਲਾਵਾਂਗੇ। ਧਰਨਾ ਲਾ ਕੇ ਜੇ ਸਾਡੀ ਕੋਈ ਨਾ ਪ੍ਰੋਸੈਸ ਹੋਈ ਕਾਰਵਾਈ, ਕੋਈ SSP ਨੂੰ ਚਾਬੀਆਂ ਦੁਕਾਨਾਂ ਵਾਲੀਆਂ ਪੇਸ਼ ਕਰਾਂਗੇ ਵੀ ਸਾਰੇ ਚੱਕੋ ਚਾਬੀਆਂ ਚੱਕੋ, ਜਦੋਂ ਅਸੀਂ ਦੁਕਾਨ 'ਤੇ ਬੈਠੇ ਸੇਫ ਹੀ ਨਹੀਂ ਹੈਗੇ ਆਪਦੀ 'ਤੇ, ਫਿਰ ਅਸੀਂ ਦੁਕਾਨਾਂ ਖੋਲ੍ਹ ਕੇ ਕਰਨਾ ਕੀ ਅਸੀਂ? ਜ਼ਿਲ੍ਹੇ ਸ਼ਹਿਰ ਦੇ ਵਿੱਚ 6 ਮਹੀਨੇ ਪਹਿਲਾਂ ਫਿਰੌਤੀਆਂ ਦਾ ਬਹੁਤ ਸਿਲਸਿਲਾ ਜਾਰੀ ਸੀਗਾ। ਹੁਣ 2-3 ਮਹੀਨੇ ਤੋਂ ਕਾਫੀ ਸੁਧਾਰ ਹੋਇਆ ਸੀਗਾ, ਸੁੱਖ ਸ਼ਾਂਤੀ ਸੀ, ਪਰ ਹੁਣ 10-15 ਦਿਨ ਤੋਂ ਫਿਰ ਉਹੀ ਵਿਸ਼ੇ ਵਾਲਾ ਵਿਸ਼ਾ ਚਾਲੂ ਹੋ ਗਿਆ। ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਆ ਤਾਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਜੇ ਕਾਰਵਾਈ ਨਾ ਕੀਤੀ ਜਾਵੇ ਗਈ ਤਾਂ ਅਸੀਂ ਸਾਰਾ ਸ਼ਹਿਰ ਬੰਦ ਕਰਾਂਗੇ, ਵਪਾਰ ਮੰਡਲ ਬੰਦ ਕਰਾਂਗੇ। ਮੈਂ ਜਸਵਿੰਦਰ ਸਿੰਘ ਭਾਟੀਆ, ਪ੍ਰਧਾਨ ਵਾਈਸ ਪ੍ਰਧਾਨ ਕਰਿਆਨਾ ਯੂਨੀਅਨ ਪੰਜਾਬ, ਮੈਂ ਮੰਗ ਕਰਦਾ ਹੋ ਸਕਦਾ ਵੀ ਸਾਨੂੰ ਪੰਜਾਬ ਲੈਵਲ 'ਤੇ ਵੀ ਜਾਣਾ ਪਵੇ। ਜੇ ਅਸੀਂ ਪੰਜਾਬ ਲੈਵਲ 'ਤੇ ਗਏ ਤਾਂ ਇਸ ਕਰਕੇ ਮੁੜ ਕੇ ਇਹਨਾਂ ਦਾ ਹੋਊਗਾ, ਕਿਰਪਾ ਕਰਕੇ ਕੀਤਾ ਜਾਵੇ ਇਹਨਾਂ ਦਾ ਜੋ ਵੀ ਹੱਲ। ਸਰ, ਜੋ ਫਾਇਰਿੰਗ ਹੋਈ ਹੈ ਉਹਦੇ ਵਿੱਚ ਕੀ ਪ੍ਰੋਗਰੈਸ? ਸਾਨੂੰ ਰਾਜ ਕੁਮਾਰ ਜੀ ਵੱਲੋਂ ਕੰਪਲੇਂਟ ਮਿਲੀ ਸੀਗੀ ਵੀ ਉਹਨੇ ਦੁਕਾਨ ਇਹਨਾਂ ਨੂੰ 4 ਦਿਨ ਪਹਿਲਾਂ ਕਿਸੇ ਨੇ ਕਾਲ ਕਰਕੇ ਥ੍ਰੈਟ ਕੀਤੀ ਸੀ, 15 ਲੱਖ ਰੁਪਏ ਮੰਗ ਕੀਤੀ ਸੀ। ਅਤੇ ਕੱਲ੍ਹ ਇਹਨੇ ਦੁਕਾਨ ਦੇ ਉੱਤੇ 2 ਬੰਦੇ ਮੂੰਹ ਢੱਕੇ ਸੀ ਮੋਟਰਸਾਈਕਲ 'ਤੇ ਫਾਇਰਿੰਗ ਕਰਕੇ। ਉਹਦੇ ਸੰਬੰਧੀ ਅਸੀਂ ਐਕਸਟ੍ਰੋਸ਼ਨ ਦਾ ਕੇਸ ਰਜਿਸਟਰ ਕਰਤਾ, ਬਾਕੀ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰ ਰਹੇ ਹਾਂ। ਉਮੀਦ ਹੈ ਕੇਸ ਟ੍ਰੇਸ ਹੋ ਜਾਵੇ। ਕੋਈ ਗ੍ਰਿਫਤਾਰੀ ਅੰਦੇ ਚੋਣ ਨਹੀਂ? ਅਜੇ ਤੱਕ ਕੋਈ ਅਰੈਸਟ ਨਹੀਂ। ਸਰ, ਕੋਈ ਸੁਰਾਗ ਲੱਗਿਆ ਤੁਹਾਨੂੰ ਕੋਈ? ਅਸੀਂ ਟਰਾਈ ਕਰ ਰਹੇ ਹਾਂ, ਟੈਕਨੀਕਲੀ ਜੋ ਵੀ ਅਸਿਸਟੈਂਸ ਲਈ ਜਾ ਸਕਦੀ ਲੈ ਰਹੇ।